ਕੱਲ ਸਦੌੜਾ ਜੂਲਰਸ ਜਿਹੜਾ ਨਰਾਇਣਗੜ੍ਹ ਛਾਟਾ ਦੇ ਵਿੱਚ ਉੱਥੇ ਇੱਕ ਵਾਰਦਾਤ ਹੋਈ ਸੀ। ਦੋ ਨੌਜਵਾਨਾਂ ਨੇ ਅੰਦਰ ਜੂਲਰੀ ਸ਼ੋਪ ਦੇ ਵਿੱਚ ਜਾ ਕੇ ਪਹਿਲਾਂ ਕੁਛ ਜੂਲਰੀ ਦੇਖੀ, ਫਿਰ ਦਾਤ ਕੱਢਿਆ ਔਰ ਇੱਕ ਪਿਸਟਲ ਨੁਮਾ ਚੀਜ਼ ਜਿਹੜੀ ਉਹਨਾਂ ਨੇ ਕੰਪਲੇਨੈਂਟ ਨੇ ਲਿਖਾਈ ਸਾਨੂੰ, ਉਹਦੇ ਤਹਿਤ ਉੱਥੋਂ ਕੁਛ ਗੋਲਡ ਦੀਆਂ ਜੂਲਰੀ ਜਿਹੜੀ ਆਈਟਮਸ ਨੇ ਉਹ ਖੋਹ ਕੇ ਭੱਜ ਗਏ। ਉਹਦੇ 'ਚ ਕੇਸ ਰਜਿਸਟਰ ਹੋਇਆ FIR ਨੰਬਰ 80 389 B2 ਦੇ ਵਿੱਚ -34 IBC ਥਾਣਾ ਛਿਆਟਾ। ਉਸੇ ਟਾਈਮ ਜੋ ਕਿ ਸਾਡੀ ਜ਼ੀਰੋ ਟੋਲਰੈਂਸ ਪੋਲਿਸੀ ਹੈ, ਹੀਨੀਅਸ ਕ੍ਰਾਈਮ ਨੂੰ ਜਾਂ ਦੂਸਰੇ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ, ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇੰਟੈਲੀਜੈਂਸ ਸਾਡੀਆਂ ਵੱਖ ਵੱਖ ਟੀਮਾਂ ਅਸੀਂ ਲਾਈਆਂ ਔਰ ਸਪੈਸ਼ਲ ਟੀਮਾਂ ਬਣਾਈਆਂ ਟਰੇਸ ਕਰਨ ਵਾਸਤੇ, ਅਤੇ 24 ਘੰਟੇ ਦੇ ਵਿੱਚ ਇਹ ਕੇਸ ਅੱਜ ਟਰੇਸ ਹੋ ਗਿਆ। ਤਿੰਨੋਂ ਮੁਲਜ਼ਮ ਅਸੀਂ ਫੜ ਲਏ ਹੈ, ਜਿਨ੍ਹਾਂ ਦੀ ਪਛਾਣ ਹੋਈ ਹੈ ਧਰੁਵ ਸਨ ਆਫ ਰਾਹੁਲ ਸੋਨੀ, ਤਕਰੀਬਨ 25 ਸਾਲ ਉਮਰ ਹੈ ਇਹਦੀ, ਰਿਆਸਤ ਐਵਨਿਊ ਘਨੂਪੁਰ ਕਾਲੇ ਦਾ ਰਹਿਣ ਵਾਲਾ, ਔਰ ਦੂਸਰਾ ਮੁਲਜ਼ਮ ਹੈਗਾ ਗਗਨ ਸਨ ਆਫ ਤਰਸੇਮ, ਇਹ ਵੀ ਰਿਆਸਤ ਐਵਨਿਊ ਦਾ ਰਹਿਣ ਵਾਲਾ ਘਨੂਪੁਰ ਕਾਲੇ ਦਾ, ਇਹ ਵੀ ਤਕਰੀਬਨ 25-26 ਸਾਲ ਦੀ ਇਹਦੀ ਉਮਰ ਹੈ। ਇਹ ਦੋਨੇ ਮੁਲਜ਼ਮਾਂ ਤੋਂ ਜਿਹੜੀ ਰੌਬ ਕੀਤੀ ਹੋਈ ਹੈ ਗੋਲਡ ਦੀ ਜੁਐਲਰੀ, ਜਿਹਦੇ ਵਿੱਚ 15 ਗੋਲਡ ਚੇਨਸ ਨੇ ਅਤੇ 7 ਰਿੰਗਸ ਨੇ, ਉਹ ਸਾਰੀ ਦੀ ਸਾਰੀ ਬਰਾਮਦਗੀ ਹੋ ਗਈ ਹੈ। ਦਾਤ ਜਿਹੜਾ ਨਾਲੇ ਉਹਨੂੰ ਡਰਾ ਰਹੇ ਸੀ ਉਹ ਵੀ ਬਰਾਮਦ ਹੋ ਗਿਆ, ਵੈਪਨ ਆਫ ਅਫੈਂਸ, ਪਲੱਸ 2 ਪਿਸਟਲ ਜਿਹੜੇ ਟੋਏ ਪਿਸਟਲ ਨੇ ਉਹ ਬਰਾਮਦ ਕੀਤੇ ਗਏ ਨੇ, ਇੱਕ ਬਲੈਕ ਕਲਰ ਦਾ ਇੱਕ ਸਿਲਵਰ ਕਲਰ ਦਾ। ਜਿਹੜੀ ਐਕਟਿਵਾ ਦੇ ਉੱਤੇ ਫੇਕ ਨੰਬਰ ਲਾਇਆ ਹੋਇਆ ਸੀ ਇਹਨਾਂ ਨੇ ਉਹ ਵੀ ਬਰਾਮਦ ਕਰ ਲਈ ਗਈ ਹੈ। ਇਹਦੇ 'ਚ ਇੱਕ ਹੋਰ ਇੰਟਰਸਟਿੰਗ ਗੱਲ ਨਵੀਂ ਇਹ ਆਈ ਹੈ, ਪ੍ਰਿਲਿਮਨਰੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜਿਹੜਾ ਰੈਕੀ ਕਰਨ ਵਾਲਾ ਬੰਦਾ ਵੀ ਕਿਹਨਾਂ ਨਾਲ ਸ਼ਾਮਿਲ ਸੀ, ਔਰ ਜਿਹੜਾ ਧਰੁਵ ਅਤੇ ਉਹ ਸਾਹਿਲ ਜੀਤ ਹੈ ਉਹਦਾ ਨਾਮ, ਸਨ ਆਫ ਹਰਜੀਤ, ਰੈਜੀਡੈਂਟ ਆਫ ਮਾਹਲ, PS ਕੰਬੋ, ਅੰਮ੍ਰਿਤਸਰ ਰੂਰਲ, ਇਹ ਦੋਨੇ 10 ਤਰੀਕ ਨੂੰ ਵੀ ਉਸੇ ਜੂਲਰੀ ਸ਼ੋਪ 'ਤੇ ਗਏ ਅਤੇ ਉਸ ਦਿਨ ਇਹਨਾਂ ਦਾ ਦਾ ਨਹੀਂ ਲੱਗਿਆ, ਪਰ ਉਹਨਾਂ ਨੂੰ ਚੰਗੀ ਤਰ੍ਹਾਂ ਓਬਜ਼ਰਵ ਕਰਦੇ ਰਹੇ ਸਾਰੇ ਆਪਣੀ ਐਸਕੇਪ ਰੂਟਸ। ਫਿਰ ਇਹਨਾਂ ਨੇ ਗਿਣੀ ਮਿੱਥੀ ਸਾਜਿਸ਼ ਰਾਹੀਂ ਇਹ ਜਿਹੜੀ ਰੋਬਰੀ ਨੂੰ ਅੰਜਾਮ ਦਿੱਤਾ। ਮੈਂ ਸਾਰੀ ਪੁਲਿਸ ਨੂੰ ਆਪਣੀ ਦਿਲੀ ਮੁਬਾਰਕਬਾਦ ਦਿੰਦਾ, ਸਾਰੀ ਟੀਮ ਦਿਨ ਰਾਤ ਲੱਗੀ ਰਹੀ, ਕੱਲ੍ਹ ਦੁਪਹਿਰ 4 ਵਜੇ ਜਦੋਂ ਇਹ ਇੰਸੀਡੈਂਟ ਹੋਇਆ ਉਸ ਤੋਂ ਬਾਅਦ ਮੇਰੇ ਖਿਆਲ ਸਾਰੀ ਰਾਤ ਸਾਡੇ ਸੀਨੀਅਰ ਅਫਸਰ ਅਤੇ ਜਿਹੜੇ ਸਾਡਾ ਸਾਰੇ ਸਟਾਫ ਹੈ, ਚਾਹੇ ਕਾਂਸਟੇਬਲ ਐਂਡ ਅਪਵਰਡਸ, ਸਾਰਿਆਂ ਨੇ ਬੜੀ ਮਿਹਨਤ ਕਰਕੇ ਰਾਤੋ ਰਾਤ ਇਹਨੂੰ ਕਲੀਅਰ ਕੀਤਾ, ਔਰ ਅੱਜ ਇਹ ਤਿੰਨੋਂ ਜਿਹੜੇ ਹੈ ਮੁਲਜ਼ਮ ਫੜੇ ਗਏ ਹੈ, ਸਾਰਾ ਮਾਲ ਮੁਕੱਦਮਾ ਬਰਾਮਦ ਹੋ ਗਿਆ। ਸੋ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਨਦਾ ਕਮਿਸ਼ਨਰੇਟ ਪੁਲਿਸ ਦੀ, ਔਰ ਇਹਨਾਂ ਨੂੰ ਵਾਜਬ ਅਸੀਂ ਇਨਾਮ ਦੇਵਾਂਗੇ।